ਅਸਲਾਮ ਵਾਲੇਕੁਮ। ਜਿਸ ਤਰ੍ਹਾਂ ਕਿ ਮੈਂ ਤੁਹਾਡਾ ਆਪਣਾ ਮੁਹੰਮਦ ਫੈਜ਼ਾਨ ਫੈਸਲਾਬਾਦ ਦਾ, ਮੇਰੇ ਯੂਟਿਊਬ ਚੈਨਲ ਰਾਜਾ ਪਾਕਿਸਤਾਨੀ ਮੁਹੰਮਦ ਅਫਜ਼ਾਲ 1725। ਅੱਜ ਦਾ ਵਲੋਗ ਕਰਦੇ ਸ਼ੁਰੂ, ਤੁਹਾਨੂੰ ਲੈ ਕੇ ਚੱਲਦੇ ਹਾਂ ਅਸੀਂ ਫੈਕਟਰੀ, ਉੱਥੇ ਟਰੋਜ਼ਰ ਸ਼ਰਟਾਂ ਬਣਦੀਆਂ ਵਾ, ਤੁਹਾਨੂੰ ਉਹ ਵਿਖਾਉਂਦੇ ਹਾਂ। ਲਓ ਜੀ, ਅੱਜ ਅਸੀਂ ਆਏ ਹੈਗੇ ਹਾਂ ਅਤੇ ਫੈਕਟਰੀ ਰੈਸ ਦਾ ਕੰਮ ਹੋ ਰਿਹਾ, ਅਤੇ ਸਟਿਚਿੰਗ ਦਾ ਕੰਮ ਹੁੰਦਾ, ਗਾਰਮੈਂਟਸ ਦੀ ਫੈਕਟਰੀ ਹੈ। ਅਤੇ ਕੰਪਰੈਸ ਹੋ ਰਹੀ ਹੈ ਸ਼ਰਟਾਂ, ਇੱਧਰ ਨਦੀਮ ਭਾਈ ਹੋਣੀ ਲੱਗੇ ਹੋਏ ਨੇ। ਮਾਲ ਕਿੰਨੇ ਸੈਂਪਲ ਆ? ਤਾਂ ਲੈ ਜਾਓ ਪੀਸ, ਤੈਨੂੰ ਮੈਂ ਅੱਗੇ ਰੋਕਿਆ। ਸਟਿਚਿੰਗ ਹੋ ਰਹੀ ਹੈ ਮਸ਼ੀਨਾਂ ਦੇ ਉੱਤੇ, ਤੁਹਾਨੂੰ ਦਿਖਾਉਂਦੇ ਹਾਂ ਸਟਿਚਿੰਗ। ਨਦੀਮ ਭਾਈ ਤੁਹਾਨੂੰ ਦੇਖੋ ਯਾਰ ਕਿੰਨੀ ਸਪੀਡ ਦੇ ਨਾਲ ਕਾਸ਼ੇ ਸਾਰੇ ਪੁੱਠੇ ਕਰਦੇ ਸੀ, ਫਿਰ ਮਾਲ ਭਾਈ ਕਹਿੰਦੇ ਚੋਣ ਨਹੀਂ ਪੈਣੀ ਚਾਹੀਦੀ। ਅੱਛਾ ਹੀ ਲਿਫਾਜ਼ ਲਿਖਾਂਗੇ ਨਹੀਂ। ਨਦੀਮ ਭਾਈ ਆਹ ਮਸ਼ੀਨ ਦਾ ਨਾਮ ਕੀ ਆ? ਟਕਸਾਈ। ਅੱਛਾ ਨਦੀਮ ਸਾਹਿਬ, ਸਟਾਲ ਪੋਮਾ ਤੇਰਾ ਉਹ ਪ੍ਰੈਸ 'ਤੇ ਚਲਾ ਗਿਆ ਵਾ। ਟਾਈਮ ਸਾਨੂੰ ਉਹ ਕਿੱਥੇ ਦਿੰਦਾ ਵਾ ਸਤਾਰ ਜੀ? ਆਹ ਬੈਚ ਲੱਗਣ ਡੇ, ਕੀ ਹਾਲ ਨੇ ਹੀਰੋ? ਲਾਈ ਜਰਾ ਕਿੱਦਾਂ ਲੱਗਦਾ ਏ? ਵਾਹ ਜੀ ਉਸਤਾਦ, ਆਹ ਦੇਖਿਓ ਜਿਹੜਾ ਮੁੰਡੇ ਦਾ ਕਮਾਲ ਹੈ। ਲਾਈ ਜਰਾ ਫਿਰ, ਇਹ ਟਰੋਜ਼ਰ ਦੇ ਉੱਪਰ ਇਹ ਲੱਗ ਰਿਹਾ ਬੈਚ, ਇਸ ਮਸ਼ੀਨ ਦੇ ਨਾਲ ਲੱਗਦਾ ਵਾ, ਇਹ ਜਿਹੜੀ ਮਸ਼ੀਨ ਦੇ ਨਾਲ। ਇਹ ਮਸ਼ੀਨ ਚੱਲ ਰਹੀ ਹੈ ਨਾ ਦੇਖ, ਆਪਣੇ ਨਦੀਮ ਸਾਹਿਬ ਨੇ ਮੰਮੀ ਨੂੰ ਬੁਲਾ ਬੁਲਾ ਲਾ, ਤੂੰ ਬੁਲਾਉਣਾ ਮੈਂ ਤਾਂ ਨਹੀਂ ਬੁਲਾਉਣਾ। ਸਾਡੇ ਮੁਸ਼ਤਾਕ ਭਾਈ ਆ ਜੀ, ਫਿਨਿਸ਼ਿੰਗ ਚੈੱਕਰ ਨੇ, ਚੈੱਕ ਹੀ ਕਰਦੇ ਆ ਇਹਨਾਂ ਦਾ ਟੇਬਲ। ਲੈਟ ਬੰਦ, ਹੁਣ ਛੁੱਟੀ ਦਾ ਪ੍ਰੋਗਰਾਮ ਬਣ ਰਿਹਾ, ਇਹ ਚੱਲੇ ਨੇ। ਉਹ ਜਿਹੜੀ ਭਾਈ ਚਲਾਉਣ ਡਿਆ ਕਿਹੜੀ ਮਸ਼ੀਨ ਆ? ਫਲੈਟ ਤਾਂ ਜਿਹੜਾ ਤੁਹਾਡੇ ਪਿੱਛੇ ਭਾਈ ਬੈਠਾ ਫਲੈਟ ਹੀ ਆ? ਉਸ ਦਿਨ ਕਿੱਥੇ ਗਏ ਸੀ ਜਿੱਦਣ ਮੈਂ ਆਇਆ? ਉਸ ਦਿਨ ਕਿੱਥੇ ਗਏ ਸੀ? ਪਰਸੋਂ ਚੌਥ ਲਾਹੌਰ, ਆਹੋ ਉਸ ਦਿਨ ਦੀ ਗੱਲ ਆ। ਆਹੋ ਕਹਿੰਦਾ ਲਾਹੌਰ ਗਿਆ ਸੀ, ਇੱਥੇ ਆਏ ਸੀ ਨਾ, ਸੈਂਪਲ ਸੁੰਪਲ ਕਰਨ ਡੇ ਸੀਗੇ। ਆਹੋ ਰਾਤ ਨੂੰ ਆਏ ਸੀ ਅਸੀਂ, ਤਕਰੀਬਨ ਕੋਈ ਥੋੜ੍ਹੇ ਜਿਹੇ 100 ਪੀਸ ਅਸੀਂ ਰਹਿੰਦੇ ਸੀ, ਉਹ ਕਰਨਾ ਸੀ ਪ੍ਰੈਸ ਇਹਨੇ, ਉਹ ਕਰਨ ਆਏ ਸੀਗੇ। ਅੱਜ ਕੱਲ੍ਹ ਮਸ਼ੀਨਾਂ ਦੇਖੋ,
ਹਾਂਜੀ ਮਾਰ ਸਾਹਿਬ, ਕੀ ਹਾਲ ਜੀ? ਠੀਕ ਹੋ? ਸੈਂਪਲ ਕਰੀ ਜਾ ਰਹੇ ਹੋ? ਹੈ ਇੱਥੋਂ ਦੇ ਮਾਰ ਸਾਹਿਬ ਨੇ ਜੀ, ਸੈਂਪਲ ਕਰ ਰਹੇ ਨੇ ਤਿਆਰ। ਦੇਖੋ ਜਰਾ, ਸੈਂਪਲ ਮਾਸਟਰ ਨੇ ਇਹਨਾਂ ਸੈਂਪਲ ਤਿਆਰ ਕਰਕੇ ਭੇਜਣੇ ਹੁੰਦੇ। ਇਹ ਭਾਈ ਪ੍ਰੈਸ ਕਰ ਰਹੇ ਆ, ਇਹ ਪੀਸ ਆ ਜਿਹੜਾ ਬਣਿਆ ਵਾ ਮਾਸ਼ਰ। ਠੀਕ ਆ, ਤੁਹਾਨੂੰ ਖੋਲ ਕੇ ਦਿਖਾਵਾਂ। ਦੇਖਿਓ ਜਰਾ, ਪੈਕਿੰਗ ਕਰਨ ਦੇ ਨੇ ਭਾਈ, ਉਹ ਪੀਸ ਪੈਕ ਕਰ ਕਰਕੇ ਇਹਨਾਂ ਨੇ ਰੱਖੇ ਨੇ। ਹੋਰ ਪਰ ਪੀਸ ਪਏ ਆ ਨਾ, ਆਹ ਪੈਕਿੰਗ ਹੋ ਰਹੀ ਹੈ ਮਾਸ਼ਾਅੱਲਾ। ਇਹ ਸਾਰਾ ਪੈਕਿੰਗ ਅਤੇ ਪੀਸ ਤਿਆਰ ਹੋਇਆ ਗਿਆ। ਆਹ ਦੇਖੋ, ਇਹ ਟਰੋਜ਼ਰ ਤਿਆਰ ਹੋਇਆ। ਠੀਕ ਹੈ ਨਾ, ਇਹ ਚੀਜ਼ ਇੱਥੇ ਤਿਆਰ ਹੋਈ ਹੈ ਸਾਰੀ। ਦੇਖੋ ਸਾਰਾ ਫਿਨਿਸ਼ਿੰਗ ਹੋ ਰਹੀ ਹੈ ਬਾਈ, ਇੱਥੇ ਫਿਨਿਸ਼ਿੰਗ ਹੁੰਦੀ ਹੈ। ਠੀਕ ਹੈ, ਉੱਧਰ ਪੈਕਿੰਗ ਹੁੰਦੀ ਹੈ, ਇੱਥੇ ਸਟਿਚਿੰਗ ਹੁੰਦੀ ਹੈ, ਸਾਰੀ ਸਟਿਚਿੰਗ ਲੱਗੀ ਹੈ, ਸਟਿਚਿੰਗ ਹੋ ਰਹੀ ਹੈ। ਭਾਈ ਬੈਟ ਚਲਾ ਰਹੇ, ਟਾਈਮ ਤੇਰੇ ਕੋਲ ਬੜਾ ਵਾਸਤਾ ਜੀ। ਆਹ ਦੇਖੋ, ਆਹ ਪੀਸ ਪ੍ਰੈਸ ਹੋ ਰਿਹਾ। ਕਾਰੀ ਸਾਹਿਬ ਦੇ ਨਾਲ ਤਾਂ ਅਸੀਂ ਗੱਲ ਕਰਨੀ, ਮੈਂ ਤਾਂ ਕੋਈ ਗੱਲ ਨਹੀਂ ਕੀਤੀ ਕਾਰੀ ਸਾਹਿਬ ਦੇ ਨਾਲ। ਤੁਹਾਡੇ ਸਾਹਮਣੇ ਜਿਹੜੀ ਗੱਲ ਹੋਈ ਉਹ ਹੀ ਹੋਈ ਆ। ਆਹ ਦੇਖੋ ਜੀ, ਪ੍ਰੈਸ ਹੋ ਰਿਹਾ। ਚਲੋ ਅੱਲਾਹ ਖੈਰ ਕਰੇ, ਹਫ਼ਤੇ ਦਾ ਹੀ ਸਹੀ। ਜਿਵੇਂ ਅੱਲ ਦਿਨ ਪੈਸੇ ਲੈ ਲਾਂਗੇ ਨਾ ਸਾਰਿਆਂ ਕੋਲੋਂ। ਭਾਈ ਪ੍ਰੈਸ ਲੈਣ ਲੱਗਾ ਕਾਹਦਾ ਫਿਰ? ਹਾਂ, ਤ੍ਰਿਮੂ ਹੈਡਲ ਅਸੀਂ ਕੀ ਕਰਨਾ ਜਾ ਕੇ? ਕਹਿ ਮੱਛੀ ਖਾ ਕੇ। ਚਲੋ ਮੱਛੀ ਖਾ ਉਹਨੇ ਤ੍ਰਿਮੂ ਹੈਡ 'ਤੇ, ਇੱਧਰ ਉਹ ਆਈਏ ਫਿਰ ਉੱਧਰ ਦਾ ਪ੍ਰੋਗਰਾਮ ਬਣਾ ਲਾਂਗੇ। ਸਾਨੂੰ ਕੀ ਆ, ਇੱਕ ਮਿੰਟ ਮੈਂ ਚਾਚੂ ਹੋਣਾ ਦੀ ਤੇਰਾ ਵੀਡੀਓ ਬਣਾ ਲਾ। ਉਹ ਕੋਈ ਟੈਨਸ਼ਨ ਹੀ ਨਹੀਂ ਕਹਿੰਦੇ। ਹਾਂ ਹੁਣ ਦੱਸ, ਦਿਮੇ ਨੂੰ ਕੀ ਕਹਿਵਾਂ? ਅੱਛਾ, ਲੈ ਦਿਮੇ ਨਾਲ ਗੱਲ ਕਰ ਲੈਂਦੇ ਹਾਂ, ਦਿਮੇ ਨੂੰ ਇੱਧਰ ਬੁਲਾ ਲੈਂਦੇ। ਦਿਮਾ ਕਹਿੰਦਾ ਯਾਰ ਚਾਹ ਪਿਆ ਵਾ, ਮੈਂ ਨਹੀਂ ਚਾਹ ਹੀ ਚਾਹ ਵਾ। ਤੈਨੂੰ ਪਤਾ ਮੈਂ ਚਾਹ ਤਾਂ ਪੀਂਦਾ ਨਹੀਂ ਹੈਗਾ, ਕਦੇ ਮਜਬੂਰੀ ਤੋਂ ਪੀਣੀ ਨਾ ਪੈ ਜਾਵੇ। ਵੇਚੀ ਮਸਜਿਦ ਬਣਾਈ ਆ ਨਮਾਜ਼ ਪੜ੍ਹਦੇ ਨੇ। ਦੇਖੋ ਮਾਸ਼ਾਅੱਲਾ, ਛੋਟੀ ਜਿਹੀ ਮਸਜਿਦ ਇਹਨਾਂ ਨੇ ਫੈਕਟਰੀ ਦੇ ਵਿੱਚ ਹੀ ਬਣਾਈ ਹੈ। ਸਾਰੇ ਨਮਾਜ਼ ਪੜ੍ਹਦੇ, ਇਹ ਸਾਰਾ ਸਟਿਚਿੰਗ ਏਰੀਆ।
ਸਾਰਾ ਹੀ ਸਾਰੀ ਫੈਕਟਰੀ ਹੈ ਥੱਲੇ ਇਹਦਾ ਕਟਿੰਗ ਦਾ ਕੰਮ ਹੁੰਦਾ ਲਓ ਜੀ ਫੈਕਟਰੀ ਤੋਂ ਨਿਕਲ ਕੇ ਅਸੀਂ ਘਰ ਨੂੰ ਜਾ ਰਹੇ ਹਾਂ ਠੀਕ ਹੈ ਨਾ ਨਹੀਂ ਆ ਤੁਸੀਂ ਆ ਕਪੜੇ ਇਸਤਰੀ ਕਰ ਲੈ ਘਰ ਜਾ ਰਹੇ ਹਾਂ ਜੀ ਪੱਲਾ ਲੈ ਨੇੜਾ ਵਾ ਨਜ਼ਰ ਕੁਛ ਨਹੀਂ ਆਉਣ ਡਿਆ ਘਰ ਜਾ ਕੇ ਮਿਲਦੇ ਹਾਂ ਤੁਹਾਨੂੰ ਹੈ ਜੀ ਟੈਂਪਾ ਮਿਲਕ ਸ਼ਾਪ ਟੈਂਪਾ ਸਵੀਟਸ ਦੁੱਧ ਦਾ ਰਸ਼ ਦੇਖੋ ਕਿੱਦਾਂ ਲੱਗਾ ਮਾਸ਼ਾਅੱਲਾ ਗਰਮਾ ਗਰਮ ਦੁੱਧ ਮਠਿਆਈ ਹਰ ਚੀਜ਼ ਲੋਕ ਦੇਖੋ ਖਾ ਰਹੇ ਨੇ ਟੈਂਪਾ ਸਵੀਟਸ ਵਾਲੇ ਦੁੱਧ ਲੈ ਰਹੇ ਨੇ ਫੈਕਟਰੀ ਵਾਲਾ ਵਲੋਗ ਕੈਸਾ ਲੱਗਾ ਅੱਛਾ ਲੱਗਿਆ ਲਾਈਕ ਕਰੋ ਸਬਸਕ੍ਰਾਈਬ ਕਰੋ ਕਮੈਂਟ ਕਰੋ ਨਾਲੇ ਪਾਪਾ ਫੈਕਟਰੀ ਵਾਪਸ ਆਉਂਦੇ ਆ ਆਹ ਇੱਕ ਸਟੈਂਡ ਵੀ ਲੈ ਕੇ ਆਏ ਸੀ ਉਹ ਬੈਗ ਬਣਨ ਵਾਸਤੇ ਆਹ ਸਟੈਂਡ ਆਟੈਂਡ ਆ ਇੱਦਾਂ ਹੱਥ 'ਚ ਵੀ ਫੜ ਲੈਂਦੇ ਮੈਂ ਤੁਹਾਨੂੰ ਬੈਗ ਦਿਖਾ ਕੇ ਲਗਾਉਣਾ ਇਹ ਵੀ ਜਿਹੜਾ ਵੱਡਾ ਸਟੈਂਡ ਨਹੀਂ ਇਹ ਵੀ ਆਹ ਚੀਜ਼ ਉੱਦਾਂ ਦੀ ਆ ਹਜੇ ਸਟੈਂਡ ਲੱਗ ਰਿਹਾ ਜੀ ਫਜ਼ਾਨ ਸਾਹਿਬ ਸਟੈਂਡ ਲਾ ਰਹੇ ਨੇ ਠੀਕ ਹੈ ਵਲੋਗ ਬਣਾਉਣ ਲਈ ਫਜ਼ਾਨ ਮੇਰੇ ਪਿੱਛੇ ਪਿਆ ਸੀਗਾ ਕਿ ਜੀ ਇਹ ਵਲੋਗ ਬਣਾਉਣਾ ਵਲੋਗ ਬਣਾਉਣਾ ਅਤੇ ਵਲੋਗ ਬਣਾਉਣ ਵਾਲਾ ਸਟੈਂਡ ਲਿਆ ਕੇ ਦਿਉ ਸਟੈਂਡ ਲਿਆ ਕੇ ਦਿਉ ਅਤੇ ਆਹ ਸਟੈਂਡ ਨੂੰ ਲਿਆ ਦਿੱਤਾ ਵਾ ਠੀਕ ਆ ਅਤੇ ਹੁਣ ਦੱਸਿਓ ਸਟੈਂਡ ਕੈਸਾ ਲੱਗਾ ਠੀਕ ਆ ਅਤੇ ਅਤੇ ਅੱਲਾ ਖੈਰ ਕਰੇ ਆਹ ਸਟੈਂਡ ਆ ਅਤੇ ਆਹ ਜਿਹੜੀ ਇਹਦੀ ਇੱਕ ਚੀਜ਼ ਲੱਗੀ ਹੈ ਨਾ ਜਿੱਦਣ ਮਰਜ਼ੀ ਘੁਮਾ ਲਓ ਘੁਮਾਈ ਜਰਾ ਆਵੇ ਠੀਕ ਆ ਇਹਨੂੰ ਜਦੋਂ ਇੱਥੇ ਲਾ ਕਰ ਦੇਣਾ ਇਹਨੇ ਇੱਥੇ ਲਾਕ ਹੋ ਜਾਣਾ ਵਾ ਠੀਕ ਆ ਇਹਨੂੰ ਘੁੰਮਣਾ ਨੀ ਹੈਗਾ ਉਹਦੇ ਲੱਗਾ ਹੁੰਦਾ ਵਾ ਇੱਥੇ ਉਹ ਵੱਡਾ ਕੈਮਰੇ ਵਾਲਾ ਹੁੰਦਾ ਵਾ ਉੱਥੇ ਉਹਦੇ ਲੱਗਾ ਹੁੰਦਾ ਐਵੇਂ ਘੁਮਾਉਣ ਵਾਸਤੇ ਪਰ ਇਹ ਐਵੇਂ ਘੁੰਮ ਜਾਂਦਾ ਵੇਖੋ ਇਹ ਐਵੇਂ ਹੱਥ ਨਹੀਂ ਘੁੰਮ ਜਾਂਦਾ ਉਹ ਨਹੀਂ ਘੁੰਮਦਾ ਉੱਪਰ ਪਿਆ ਵਾ ਆਹ ਘੁੰਮ ਜਾਂਦਾ ਵਾ ਅਤੇ ਨਾਲੇ ਸਾਡਾ ਵਲੋਗ ਕੈਸਾ ਲੱਗਾ ਅੱਛਾ ਲੱਗਿਆ ਲਾਈਕ ਕਰੋ ਸਬਸਕ੍ਰਾਈਬ ਕਰੋ ਕਮੈਂਟ ਕਰੋ ਅੱਲਾ